ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਬੋਪਰੇ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ। ਕੱਲ੍ਹ ਰਾਤ ਇਹ ਹੁਣ ਉੱਥੇ ਅਗਲਾ ਦਿਨ ਹੈ। ਮੈਂ ਸਾਰੀ ਸਾਫ਼ ਸਫਾਈ ਕਰਤੀ ਕਿਉਂਕਿ ਫਿਰ ਨਿਆਣੇ ਇਕੱਠੇ ਹੁੰਦੇ ਹੈ, ਫਿਰ ਸਾਰਾ ਖਾਣਾ ਪੀਣਾ ਇੱਧਰ ਉੱਧਰ ਸਾਰਾ ਖਿੰਡ ਜਾਂਦਾ ਹੈ। ਸਫਾਈ ਕਰਤੀ, ਸਾਰਾ ਬਾਹਰ ਕੱਢਤਾ, ਕੂੜਾ ਬਸ ਪੋਚਾ ਰਹਿ ਗਿਆ। ਪਹਿਲਾਂ ਮੈਂ ਰੋਟੀ ਲਾਊਂਗੀ। ਇੱਧਰ ਯੂ ਵੀ ਕਲਾਸ ਲਾ ਰਿਹਾ ਹੈ ਕਿਉਂਕਿ ਪੇਪਰ ਚੱਲ ਰਿਹਾ, ਪੇਪਰਾਂ ਕਰਕੇ ਅੱਜ ਇਹਨੂੰ ਛੁੱਟੀ ਆ, ਪਰ ਔਨਲਾਈਨ ਕਲਾਸ ਲੱਗ ਰਹੀ ਹੈ ਇਹਦੀ। ਅਤੇ ਇੱਧਰ ਮੈਂ ਗੈਸ ਬਾਲ ਕੇ ਗਈ ਤੀ, ਹੁਣ ਮੈਂ ਰੋਟੀ ਬਣਾਉਣ ਲੱਗੀ ਹਾਂ। ਕੱਲ੍ਹ ਸਵੇਰ ਦੀ ਦਾਲ ਬਣਾਈ ਤੀ ਮੂੰਗੀ ਛੋਲਿਆਂ ਦੀ, ਅਤੇ ਉਹ ਦਾਲ ਬਚੀ ਪਈ ਤੀ ਇੱਕ ਕੌਲਾ, ਉਹ ਮੈਂ ਆਟੇ 'ਚ ਪਾ ਕੇ, ਦੇਖੋ ਆਟੇ 'ਚ ਪਾ ਕੇ ਮੈਂ ਗੁੰਨ ਲਿਆ, ਅਤੇ ਬਸ ਇੱਧਰ ਗੈਸ ਬਾਲਤਾ। ਹੁਣ ਜਿਹਨੇ ਖਾਣੀ ਹੋਈ ਨਾਲ ਦੀ ਨਾਲ ਖਾ ਲੈਣਗੇ ਕਿਉਂਕਿ ਜਾਗਵੀਰ ਖਾਊਗਾ। ਭੂਆ ਦਾ ਮੁੰਡਾ ਰਾਤੋਂ ਜਨਮਦਿਨ ਕਰਕੇ ਬੁਲਾਇਆ ਸੀ, ਆਇਆ ਸੀ। ਹਰ ਸਾਲ ਉਹ ਯੂਵੀ ਦੇ ਬਰਥਡੇ ਨੂੰ ਆਉਂਦਾ ਹੁੰਦਾ। ਇੱਧਰ ਮੱਖਣੀ ਵੀ ਹੈ, ਚਲੋ ਹੁਣ ਥੋੜ੍ਹਾ ਬਹੁਤਾ ਅਸੀਂ ਦੁੱਧ ਘਰ ਹੁੰਦਾ ਹੈ, ਦਹੀਂ ਆ, ਲੱਸੀ ਆ। ਢੱਕਣ ਨਾ ਅੜਦਾ ਨਹੀਂ, ਇਹਦੇ ਕਰਕੇ ਫਿਰ ਆ ਉੱਪਰ ਭਾਰੀ ਦੇਣਾ ਪੈਂਦਾ ਜੀ, ਤਾਂ ਕਰਕੇ ਢੱਕਣ ਬੰਦ ਹੋ ਜਾਂਦਾ ਹੈ। ਲੱਸੀ ਬਸ ਆ, ਲੱਸੀ ਗਾੜੀ ਬਹੁਤ ਹੁੰਦੀ ਹੈ, ਇਹਦੇ ਵਿੱਚ ਪਾਣੀ ਪਾ ਕੇ ਜ਼ਿਆਦਾ ਬਣ ਜਾਣਾ। ਬਸ ਹੁਣ ਮੈਂ ਰੋਟੀ ਲਾਊਂਗੀ, ਉਹ ਹੁਣ ਭੂਆ ਦਾ ਮੁੰਡਾ ਜਾਊਗਾ, ਜਾਗਵੀਰ ਜਾਊਗਾ ਘਰ ਨੂੰ, ਤਾਂ ਕਰਕੇ ਬਸ ਹੁਣ ਫਟਾਫਟ ਪਹਿਲਾਂ ਉਹਨੂੰ ਲਾ ਕੇ ਦਊਂਗੀ, ਫਿਰ ਬਾਅਦ 'ਚ ਅਸੀਂ ਖਾ ਲਾਂਗੇ। ਕਿਉਂਕਿ ਹੁਣ ਜੇ ਇੰਨੀ ਦਾਲ ਸਬਜ਼ੀ ਬਚੀ ਵੀ ਹੋਊਗੀ ਆਪਾਂ ਉਹਨੂੰ ਖਰਾਬ ਨਹੀਂ ਨਾ ਕਰ ਸਕਦੇ। ਨਾਲੇ ਮੱਖਣੀ ਵੀ ਅੱਜ ਤਾਜ਼ੀ ਤੀ, ਤਾਜ਼ੀ ਮੱਖਣੀ ਹੋਵੇ ਫਿਰ ਪਰੌਂਠੇ 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 ਜ਼ਿਆਦਾ ਵਧੀਆ ਲੱਗਦੇ ਨੇ ਜੇ ਤਾਜ਼ੀ ਮੱਖਣੀ ਹੋਵੇ। ਅੱਜ ਤਾਜ਼ੀ ਤੀ ਦੁਬਾਰਾ, ਦੋ ਚਾਰ ਦਿਨ ਹੋ ਗਏ ਦੁਬਾਰਾ ਫੇਰ ਬਹੁਤ ਗਰਮੀ ਹੋ ਗਈ। ਕਿਵੇਂ ਲੱਗਿਆ ਪੁੱਤ ਬੱਦੇ? ਛੋਟੀ ਬੱਦੇ ਵਧੀਆ ਲੱਗੇ। ਕੇਕ ਖਾਇਆ ਤੀ? ਕੇਕ ਵੀ ਖਾਇਆ ਤੀ, ਕੇਕ ਨਾ ਚਮੋਚਾ ਨਹੀਂ ਖਾਇਆ, ਕੇਕ ਖਾਇਆ ਤੀ ਮੇਰੇ ਉਤਨੇ ਇਹਨੇ ਕੇਕ ਖਾਇਆ ਤੀ, ਨਾ ਕੇਕ ਨਹੀਂ। ਆ ਦੇਖੋ ਯੂਵੀ ਨੇ ਤਾਂ ਆਪਣਾ ਗਲਾ ਬਿਠਾ ਲਿਆ ਰਾਤ ਖਾ ਖਾ ਕੇ, ਨਾਲੇ ਮਨਾ ਕਰਿਆ ਤਾਂ ਵੀ ਕੋਲਡ ਡਰਿੰਕ ਨਹੀਂ ਪੀਣਾ, ਫਿਰ ਪੀ ਲਿਆ। ਬੋਲ ਕੇ ਦਿਖਾਈ, ਬੋਲ ਕੇ ਦਿਖਾਈ। ਹੈਲੋ ਸਭ, ਕੈਸੇ ਹੋ? ਆ ਦੇਖ ਲਓ ਗਲੇ ਦਾ ਹਾਲ, ਇਹ ਹੁੰਦਾ ਜਵਾਕਾਂ ਦਾ ਹਾਲ, ਜਦ ਕਹਿਣਾ ਨਹੀਂ ਮੰਨਦੇ ਹੈਗੇ। ਪੇਪਰਾਂ ਦੇ ਦਿਨ ਚੱਲ ਰਹੇ ਆ, ਗਲੇ ਬਿਠਾ ਲਏ ਪਹਿਲਾਂ ਹੀ। ਪੇਪਰਾਂ ਦੇ ਦਿਨ ਚੱਲ ਰਹੇ ਆ, ਹੁਣ ਮੈਂ ਪੇਪਰ ਕਿਵੇਂ, ਨਾ ਟਿਊਸ਼ਨ ਕਿਵੇਂ ਜਾਊਂਗਾ ਹੁਣ ਮੈਂ? ਟਿਊਸ਼ਨ ਜਾਏਗਾ ਸ਼ਾਮ ਨੂੰ, ਉਹਦੇ ਤੇਰੇ ਕਿਹਨੂੰ ਦੇਖ ਰਿਹਾ ਹੈ ਵੀ ਕਿਆ ਹੋ ਗਿਆ ਬੀਜੀ ਨੂੰ, ਆਵਾਜ਼ ਹਾਂਥੀ ਵਰਗੀ ਕਿਉਂ ਆ ਰਹੀ ਆ? ਮੰਮਾ ਜੀ ਇੱਕ ਤਾਂ ਗੱਲ ਤੁਸੀਂ ਸਮਝਦੇ ਨਹੀਂ। ਫੇਰ ਕੰਧ ਕੋਲ ਚਲੇ ਜਾਂਦਾ ਹੈ, ਫੇਰ ਦੇਖੀ ਜਾਂਦਾ ਹੈ ਵੀ ਰੋਜ਼ ਮੈਨੂੰ ਪਤਾ ਲੱਗਣ ਲੱਗ ਗਿਆ ਇੱਥੇ ਖੜਦਾ ਹੈ ਕਿਉਂਕਿ ਮੈਂ ਇੱਥੇ ਮੈਂ ਭਾਂਡੇ ਮਾਂਜਦੀ ਹੁੰਦੀ ਹਾਂ, ਪਰ ਜੇ ਇਹ ਮੈਨੂੰ ਫਿਰ ਉੱਪਰ ਨੂੰ ਮੈਂ ਦੇਖੀ ਜਾਊਂਗਾ, ਤਾਂ ਕਰਕੇ ਇਹ ਮੈਂ ਫਿਰ ਵੀ ਚੈੱਕ।
थूक की गट्टी भूख लगी अम्मा दादी माँ पीछे दादी माँ चुप करी मखनी वाली कौली की नहीं बार बार करता है ये आराम नाल खा रहा है जब मैं मुँह च रोटी पाती थी अपना मुँह खोलन का भी मैनू भी पा दो ले फड़ आ अपना मुँह खोलता भी मैनू भी पा दो मेरे मुँह च पा दो तेरी मेरे मुँह च पा दो खड़ जा मैं मुँह वाले ओ खड़ जा बापू खड़ जा हजे थोड़े छोटे करके बस ज़्यादा नहीं दिया अद्धा का चमचा ही दिने होंने वह भी ताज़ी जिदन ताज़ी निकलती है रोज़ नहीं जिमें अज ताज़ी थी ताज़ी देती मखनी यूवी नू भी छोटे होंदे नू अहीं दिंदे थे ताज़ी ताज़ी दे दिंदे थे फिर वह हुण खाना हिल गया ला नहीं तो फिर न्याणे बहुत औखी खाते ने आह मखनी मुखनी कुछ नहीं खाते हूँ अजक न्याणे नहीं नहीं बस 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 खा लिए सवा दो हो गए बस हूँ चाह बन गई चाह मेरी उबल भी गई देखो चाह मेरी उबल भी गई तो बस हूँ असं चाह पीने अज असी बहुत सोए मैं भी 12 बजे सो गई थी बीबी भी सवेर की रोटी खा के सो गई क्योंकि रात दे असी नी रात सानू 11 बजे हो 11 बज गए थी बहुत थक गए थे पूरी तरह नींद पूरी हो ही नहीं बस हूँ अज रोटी सवेर की चाह पीन सार कोई कदे सो गया कोई कदे सो गया थक गए थे थक भी जाने जब घर यह अपने कोई बर्थडे होवे या कुछ भी होवे कोई छोटा मोटा भी प्रोग्राम होवे आप कम करते थक जाने ता करके अज नींद नूंद कढ के आराम नाल सो गए थे हूँ बस चाह पी के हम शाम को देखते हैं भी की बनाना हम चार दिन हो गए गर्मी इन्नी ज़्यादा हो गई बहुत ज़्यादा हो गई गर्मी देखते हैं हम की बनाना है की है अज आ सूट पे है फूक के आने फट गए बाहर सिट के फूक के आवेंगे तो उधर कणक सुकनी पाई भी तो हूँ कट्ठी करन लगे हैं कणक तो सारे धोंदे ने सब्जी तो बना ली आलू बड़ी वाली सब्जी बनाई अज बस हूँ रोटी लान लगी है मैं
चढ़ के आ जाते हैं। मीह पै जाए तो वधिया ही है, गर्मी बहुत हो रही है, गर्मी ने ना कराई पई है, तीन चार दिन तो ज्यादा होगी गर्मी है ना। मीह तो नहीं दसिया वा नो दसिया तो हैगा पर ये पऊगा ताही ना जे दसिया फिर तो पऊगा क्योंकि ऐतकी तो मीह जे दसे पे ओ पंदे पक्का नहीं तेरा तो गला खराब हो रहा, तू पानी ले फड़ना है या फिर अभी तो पानी भी नहीं मिलना। अरे राम हो जे होर खान लग गया ना बच्चे दा गला बैठया पया है दा सारा। मैं भी पा लिया बस अपनी रोटी ते पा के लियाई है देसी घी। डब्बा करी कौन बनाया रोटी ले ली मैं भी खानी है रोटी। बस सारिया ने रोटी खा ली। बस एक बार हम भांडे भुने मार गए इन्हें सोवे तो 9 बजे तक सोवे तो क्योंकि टीवी टूवी देखी जावे जब तक। पर ब्लॉग साडा अज का इतने तक सीगा, हुण असीं मिलांगे तुहानू अपने अगले ब्लॉग च। ते साडे चैनल नू प्लीज़ सबसक्राइब लाइक शेयर जरूर कर दिया करो ते कमेंट करके भी जरूर दस्या करो साडीआं वीडियोज़ किहो जिहीआं लगदीआं ने। तो पिछली वीडियो जो यूवी के बर्थडे वाली जिन्हें जिन्होंने भी कमेंट किए थे हैप्पी बर्थडे विश करया था यूवी नू सारिया का बहुत बहुत धन्यवाद। तो हुण असीं मिलांगे तुहानू अपने अगले व्लॉग च। बाय बाय।